ਅਸਲਾਮ ਅਲੈਕਮ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਫਕੀਰੀ ਰੰਗ ਦੇ ਵਿੱਚ। ਮੈਂ ਸਰਵ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਦੀ ਖਿਦਮਤ ਦੇ ਵਿੱਚ। ਕੁਝ ਨਵੇਂ ਅਲਫਾਜ਼, ਕੁਝ ਨਵੀਆਂ ਗੱਲਾਂ, ਕੁਝ ਨਵੇਂ ਰੰਗ ਲੈ ਕੇ। ਕੱਲ੍ਹ ਇੱਕ ਗੱਲ ਕੀਤੀ ਸੀ, ਕੱਲ੍ਹ ਦੀ ਵੀਡੀਓ ਦੇ ਵਿੱਚ, ਜਿਸ ਦੇ ਵਿੱਚ ਬਹੁਤ ਸਾਰੇ ਦੋਸਤਾਂ ਨੇ ਸਾਨੂੰ ਮੈਸੇਜ ਕੀਤੇ ਕਿ ਹਾਂਜੀ ਉਹ ਚੀਜ਼ ਸ਼ੁਰੂ ਕੀਤੀ ਜਾਵੇ। ਬਹੁਤ ਸਾਰੇ ਕਾਲਸ, ਬਹੁਤ ਸਾਰੇ ਮੈਸੇਜ ਮੈਨੂੰ ਆਉਂਦੇ ਨੇ, ਉਹਨਾਂ ਦੇ ਵਿੱਚ ਕਦੀ ਵੀ ਕੋਈ ਖੁਸ਼ੀ ਦਾ ਮੈਸੇਜ ਨਹੀਂ ਆਇਆ। ਜਿਹੜੇ ਮੈਸੇਜ ਆਉਂਦੇ ਨੇ ਉਹ ਦੁੱਖ ਦੇ ਆਉਂਦੇ ਨੇ ਕਿ ਸਾਡੇ ਆਹ ਪ੍ਰੋਬਲਮ ਹੈ, ਸਾਡਾ ਇੱਦਾਂ ਨਹੀਂ ਹੁੰਦਾ, ਸਾਡਾ ਉੱਦਾਂ ਨਹੀਂ ਹੁੰਦਾ। ਬਹੁਤ ਲੋਕ ਦੁਖੀ ਨੇ। ਦੇਖੋ, ਇੱਕ ਗੱਲ ਨਹੀਂ ਸਮਝ ਆਉਂਦੀ ਕਿ ਇਸ ਯੁੱਗ ਦੇ ਵਿੱਚ ਇੰਨਾ ਰੱਬ ਦਾ ਨਾਮ, ਇੰਨੇ ਮੰਦਰ, ਮਸਜਿਦ, ਮਸੀਤਾਂ, ਗੁਰਦੁਆਰੇ ਸਵੇਰੇ ਸ਼ਾਮ ਪਾਠ ਹੋ ਰਿਹਾ ਹਰ ਪਾਸੇ, ਫਿਰ ਵੀ ਇਨਸਾਨ ਦੁਖੀ ਕਿਉਂ ਹੈ? ਕਿਉਂਕਿ ਉਹ ਰੱਬ ਨੂੰ ਤਾਂ ਮੰਨਦਾ ਪਰ ਰੱਬ ਦੀ ਨਹੀਂ ਮੰਨਦਾ। ਰੱਬ ਨੂੰ ਜ਼ਰੂਰ ਤੁਸੀਂ ਮੰਨਦੇ ਹੋ ਪਰ ਰੱਬ ਕੀ ਕਹਿੰਦਾ ਉਹ ਗੱਲ ਨਹੀਂ ਮੰਨਦੇ। ਇਸ ਲਈ ਹੀ ਸਭ ਲੋਕਾਂ ਦੇ ਘਰ ਦੇ ਵਿੱਚ ਉਹ ਪ੍ਰੋਬਲਮ ਹੈ। ਤਾਂ ਉਹਨਾਂ ਦੇ ਨਾਲ ਪਿਕਅਪ ਕੋਸ਼ਿਸ਼ ਕਰਾਂਗੇ ਕਿ 10 ਇੱਦਾਂ ਦੀਆਂ ਵੀਡੀਓ ਬਣਾਵਾਂਗੇ ਕਿ ਜਿਹਦੇ ਵਿੱਚ ਕੁਝ ਨਾ ਕੁਝ ਹੱਲ ਉਸ ਚੀਜ਼ ਦਾ ਹੋ ਸਕੇ, ਹਰ ਇੱਕ ਨੂੰ ਕੁਝ ਨਾ ਕੁਝ ਸੰਦੇਸ਼, ਕੁਝ ਨਾ ਕੁਝ ਆਪਣੇ ਆਪ ਨੂੰ ਬਦਲਣ ਦਾ ਤਰੀਕਾ ਜਾਂ ਘਰ ਦੇ ਵਿੱਚ ਖੁਸ਼ਹਾਲੀ ਲਿਆਉਣ ਦਾ ਤਰੀਕਾ ਦੱਸਿਆ ਜਾਵੇਗਾ। ਅਸੀਂ ਮੁਰਸ਼ਦ ਦੇ ਨਾਲ ਗੱਲ ਕਰਾਂਗੇ, ਉਹ ਕਹਿਣਗੇ ਜਿੱਦਾਂ ਉਸ ਹਿਸਾਬ ਦੇ ਨਾਲ ਆਪਾਂ ਜਲਦ ਹੀ ਉਹ ਚੀਜ਼ ਨੂੰ ਸਟਾਰਟ ਕਰਾਂਗੇ। ਅਤੇ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋ ਸਕਦਾ ਕਿ ਤੁਹਾਡੇ ਕਰਕੇ ਜਾਂ ਸਾਡੇ ਕਰਕੇ ਕਿਸੇ ਦਾ ਘਰ ਵੱਧ ਜਾਵੇ, ਕਿਸੇ ਦਾ ਘਰ ਬਣ ਜਾਵੇ, ਕਿਸੇ ਨੂੰ ਦੁੱਖ ਤਕਲੀਫ ਦੂਰ ਹੋ ਜਾਵੇ। ਤਾਂ ਅੱਲਾਹ ਖੁਸ਼ ਹੋਵੇਗਾ, ਸਭ ਖੁਸ਼ ਹੋਣਗੇ। ਤਾਂ ਸਾਰੇ ਦੋਸਤ ਰਲ ਕੇ ਇਹ ਚੀਜ਼ ਨੂੰ ਆਪਾਂ ਕਰਨਾ ਹੈ। ਤੋ ਅੱਜ ਦਾ ਇੱਕ ਕਿੱਸਾ ਹੈ। ਇੱਕ ਫਕੀਰ, ਇੱਕ ਸਾਧੂ ਨਦੀ ਦੇ ਕਿਨਾਰੇ 'ਤੇ ਜਾ ਰਿਹਾ ਤੋ ਪਾਣੀ ਪੀਣ ਦੇ ਲਈ। ਜਦੋਂ ਨਦੀ ਦੇ ਕੋਲ ਆਇਆ ਅਤੇ ਨਦੀ ਦੇ ਵਿੱਚ ਹੱਥ ਪਾਉਣ ਲੱਗਾ ਅਤੇ ਉਹਨੇ ਕੀ ਦੇਖਿਆ ਕਿ ਇੱਕ ਕੀੜਾ ਜੋ ਨਦੀ ਦੇ ਪਾਣੀ ਦੇ ਉੱਪਰ ਡਿੱਗ ਗਿਆ, ਉਹ ਰੁੜ ਰਿਹਾ ਹੈ। ਉਹਨੇ ਦੇਖਿਆ ਕਿ ਪਾਣੀ ਬਾਅਦ ਵਿੱਚ ਪੀਵਾਂਗੇ, ਪਹਿਲਾਂ ਇਸ ਕੀੜੇ ਨੂੰ ਬਾਹਰ ਕੱਢਿਆ ਜਾਵੇ, ਇਹਦੀ ਜਾਨ ਬਚਾਈ ਜਾਵੇ। ਜੋ ਸਾਧੂ ਹੁੰਦੇ ਨੇ ਉਹ ਰੱਬ ਦੇ ਲੋਕ, ਜੋ ਫਕੀਰ ਹੁੰਦੇ ਨੇ ਰੱਬ ਰੂਹਾਂ, ਆਪਣਾ ਘੱਟ ਸੋਚਦੇ ਨੇ, ਦੂਜੇ ਦਾ ਜ਼ਿਆਦਾ ਸੋਚਦੇ ਨੇ। ਜਦ ਉਸ ਸਾਧੂ ਨੇ ਕੀੜੇ ਨੂੰ ਬਾਹਰ ਕੱਢਣ ਦੇ ਲਈ ਪਾਣੀ ਦੇ ਵਿੱਚ ਹੱਥ ਪਾਇਆ, ਆਪਣੇ ਹੱਥ ਉੱਤੇ ਕੀੜੇ ਨੂੰ ਚੱਕਿਆ ਅਤੇ ਉਹ ਕੀੜੇ ਨੇ ਉਸ ਸਾਧੂ ਦੀ ਦੰਦੀ ਵੜ ਦਿੱਤੀ ਅਤੇ ਉਹਨੇ ਫਿਰ ਆਪਣਾ ਹੱਥ ਪਿੱਛੇ ਕਰ ਲਿਆ, ਕੀੜਾ ਫਿਰ ਪਾਣੀ ਵਿੱਚ ਡਿੱਗ ਪਿਆ। ਉਹਨੇ ਫਿਰ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਕੀੜੇ ਨੇ ਫਿਰ ਦੰਦੀ ਵੜ ਦਿੱਤੀ। ਜਦੋਂ 3-4 ਵਾਰੀ ਇੱਦਾਂ ਹੋਈ ਅਤੇ ਉਸ ਸਾਧੂ ਦੇ ਨਾਲ ਕੁਝ ਹੋਰ ਸੇਵਕ ਸੀ, ਉਹ ਕਹਿੰਦੇ ਬਾਬਾ ਛੱਡ ਰਹਿਣ ਦੇ ਇਸ ਕੀੜੇ ਨੂੰ ਪਾਣੀ ਦੇ ਵਿੱਚ, ਉਹ ਕਿੰਨੀ ਵਾਰੀ ਤੁਹਾਡੇ ਦੰਦੀ ਵੱਧ ਚੁੱਕਾ ਹੈ, ਦੰਦੀ ਵੱਢੀ ਜਾਂਦਾ ਵਾਰ ਵਾਰ, ਕੋਈ ਨੁਕਸਾਨ ਹੋ ਜਾਵੇਗਾ ਤੁਹਾਡੇ, ਕੋਈ ਉਸਦੀ ਜ਼ਹਿਰ ਦਾ ਤੁਹਾਡੇ ਕੋਈ ਅਸਰ ਹੋ ਜਾਵੇਗਾ ਅਤੇ ਉਹ ਦੰਦੀਆਂ ਵੱਢ ਰਿਹਾ, ਤੁਸੀਂ ਫਿਰ ਉਸ ਨੂੰ ਹੱਥ ਨਾਲ ਚੱਕ ਰਹੇ ਹੋ। ਅਤੇ ਉਹ ਸਾਧੂ, ਉਹ ਫਕੀਰ ਰੱਬ ਰੂਹ ਹੱਸ ਪਿਆ, ਕਹਿੰਦੇ ਉਹ ਮੂਰਖਾ, ਕਹਿੰਦੇ ਜਦ ਉਹ ਇੱਕ ਕੀੜਾ ਹੋ ਕੇ ਆਪਣੀ ਬੁਰੀ ਆਦਤ ਨਹੀਂ ਛੱਡਦਾ ਦੰਦੀ ਵੱਢਣ ਦੀ, ਤਾਂ ਮੈਂ ਇੱਕ ਉਹ ਰੱਬ ਦਾ ਇਨਸਾਨ ਹੋ ਕੇ ਆਪਣੀ ਭਲਾਈ ਦੀ ਆਦਤ ਕਿਉਂ ਛੱਡਾਂ, ਮੈਂ ਆਪਣਾ ਭਲਾ ਕਰਨੇ ਵਾਲੀ ਆਦਤ ਕਿਉਂ ਛੱਡਾਂ। ਜਦੋਂ ਆਪਾਂ ਹਰ ਦੇਖਦੇ ਹਾਂ, ਗਰੀਬ ਦੀ, ਅਮੀਰ ਦੀ ਗੱਲ ਸੁਣਦੇ ਹਾਂ, ਉਹਨਾਂ ਦੀ ਜਿਹਨੂੰ ਲੋੜ ਆ ਉਸ ਚੀਜ਼ ਨੂੰ ਉਹਦਾ ਭਲਾ ਕਰਦੇ ਹਾਂ, ਤਾਂ ਫਿਰ ਇੱਥੇ ਕਿਉਂ ਨਾ ਕਰਾਂ? ਮੇਰਾ ਫਰਜ਼ ਮੇਰਾ ਹੈ ਉਸਦੀ ਜਾਨ ਬਚਾਉਣਾ, ਉਹ ਆਪਣਾ ਕੰਮ ਕਰ ਰਿਹਾ, ਮੈਂ ਆਪਣਾ ਕੰਮ ਕਰ ਰਿਹਾ। ਤੋ ਇਹ ਗੱਲ ਸੁਣ ਕੇ ਉਸ ਸਾਧੂ ਨੂੰ ਦੇ ਜੋ ਸੇਵਕ ਸਨ, ਉਹਨਾਂ ਨੂੰ ਬਹੁਤ ਗਿਆਨ ਹੋ ਗਿਆ ਕਿ ਨਹੀਂ, ਜੋ ਮਰਜ਼ੀ ਹੋਵੇ ਆਪਾਂ ਨੂੰ ਆਪਣੇ ਕੰਮ ਦੇ ਵਿੱਚ ਲੱਗੇ ਰਹਿਣਾ ਚਾਹੀਦਾ। ਤੋ ਆਸ ਕਰਾਂਗਾ ਕਿ ਤੁਸੀਂ ਇਸ ਕਿੱਸੇ ਤੋਂ, ਇਸ ਛੋਟੀ ਜਿਹੀ ਗੱਲ ਤੋਂ ਬਹੁਤ ਵੱਡਾ ਮੈਸੇਜ ਇੱਕ ਮਿਲੇਗਾ। ਤੋ ਮੈਸੇਜ ਕਰਕੇ ਮੈਨੂੰ ਜ਼ਰੂਰ ਦੱਸਣਾ ਕਿੱਦਾਂ ਦੀ ਲੱਗੀ ਅੱਜ ਦੀ ਇਹ ਗੱਲ। ਕੱਲ੍ਹ ਫਿਰ ਇੱਕ ਨਵੇਂ ਕਿੱਸੇ ਦੇ ਨਾਲ ਹਾਜ਼ਰ ਹੋਵਾਂਗੇ। ਤਦ ਤੱਕ ਲਈ ਹੱਕ ਮੁਰਸ਼ਦ ਸੱਚ ਮੁਰਸ਼ਦ।